ਬੀਤੀ ਰਾਤ ਜੀਰਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ 54 ਤੇ ਸਥਿਤ ਬੰਗਾਲੀ ਵਾਲਾ ਪੁਲ ਦੇ ਨਾਕੇ ਤੇ ਤਾਇਨਾਤ ਦੋ ਹੌਲਦਾਰਾਂ ਦੇ ਉੱਪਰ ਕਾਰ ਚੜਾ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੇ ਵਿੱਚ ਇੱਕ ਹੌਲਦਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਜੀਰਾ ਵਿਖੇ ਮ੍ਰਿਤਕ ਹੌਲਦਾਰ ਨਿਸ਼ਾਨ ਸਿੰਘ ਦੇ ਭਰਾ ਵਿਰਸਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਕਰੀਬ 6 ਵਜੇ ਨਿਸ਼ਾਨ ਸਿੰਘ ਆਪਣੀ ਡਿਊਟੀ ਦੇ ਲਈ ਘਰੋਂ ਗਿਆ ਅਤੇ ਕਰੀਬ 11:30 ਵਜੇ ਜਦੋਂ ਉਹ ਬੰਗਾਲੀ ਵਾਲਾ ਪੁਲ ਤੇ ਲੱਗੇ ਨਾਕੇ ਤੇ ਆਪਣੀ ਡਿਊਟੀ ਤੇ ਸੀ ਤਾਂ ਤਰਨ ਤਾਰਨ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਕਾਰ ਉਹਨਾਂ ਦੇ ਉੱਪਰ ਜਾ ਚੜ੍ਹੀ। ਇਸ ਹਾਦਸੇ ਦੇ ਵਿੱਚ ਹੌਲਦਾਰ ਨਿਸ਼ਾਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦਾ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਬੀਤੀ ਜਿਹੜੇ ਆਪਣੇ ਪੁਲਿਸ ਮੁਲਾਜ਼ਮ ਦੀ ਡੈਥ ਹੋਈ ਆ ਰਾਤ, ਅਤੇ ਉਹ ਤੁਹਾਡੇ ਕੀ ਲੱਗਦੇ ਸੀ ਔਰ ਇਹ ਜਿਹੜੀ ਹੈ ਕਾਰਨ ਕੀ ਬਣਿਆ ਐਕਸੀਡੈਂਟ ਦਾ? ਇਹ ਜੀ ਨਿਸ਼ਾਨ ਸਿੰਘ ਮੇਰਾ ਬ੍ਰਦਰ ਸੀ, ਵੱਡਾ ਡਿਊਟੀ 'ਤੇ ਆਇਆ 6 ਵਜੇ ਘਰੋਂ। 11:30 ਵਜੇ ਦਾ ਟਾਈਮ ਹੈ, ਇੱਕ ਸਵਿਫਟ ਕਾਰ ਆਈ ਆ, ਉਹ ਵੀ ਮੁਲਾਜ਼ਮ ਦੱਸਦੇ ਆ, ਕੋਈ ਪੁਲਿਸ ਮੁਲਾਜ਼ਮ ਡਰਿੰਕ ਉਹਨੇ ਕੀਤੀ ਸੀ। ਇਹ ਤਕਰੀਬਨ ਕੋਈ 11:30 ਵਜੇ 15 ਫੁੱਟ ਮੇਨ ਰੋਡ ਤੋਂ ਹਾਈਵੇ ਦਾ ਸਾਈਡ 'ਤੇ ਬੈਠੇ ਹੋਏ ਸੀ। ਗੱਡੀ ਆ ਉਹ 3 ਬੈਰੀਗੇਡ ਤੋੜ ਕੇ ਇਹਨਾਂ ਨੂੰ ਇੰਨੀ ਜ਼ੋਰ ਨਾਲ ਗੱਡੀ ਨੇ ਧੱਸਿਆ ਕਿ ਇਹਨਾਂ ਦਾ ਜਿਹੜਾ ਸਿਰ ਆ ਉਹ ਥਾਂ 'ਤੇ ਹੀ ਜੁੜ ਕੇ ਫਸ ਗਿਆ ਅਤੇ ਮੌਕੇ 'ਤੇ ਮੌਤ ਹੋ ਗਈ। ਸਾਨੂੰ ਬਹੁਤ ਦੁੱਖ ਆ, ਛੋਟੇ ਛੋਟੇ ਬੱਚੇ ਆ, ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਸੀ, ਨਾਲ ਇੱਕ ਮੁਲਾਜ਼ਮ ਹੋਰ ਵੀ ਸੀ ਦੱਸਦੇ, ਉਹਦੀਆਂ ਵੀ ਲੱਤਾਂ ਟੁੱਟ ਗਈਆਂ ਨੇ ਦੋਨੇ, ਇਹਨਾਂ ਦੀ ਤਾਂ ਮੌਕੇ 'ਤੇ ਡੈਥ ਹੋ ਗਈ। ਅਤੇ ਤੁਸੀਂ ਕੀ ਮੰਗ ਕਰਦੇ ਹੋ? ਮੰਗ ਸਾਡੀ ਇਹ ਹੈ ਜੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ, ਘਰ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ, ਸਰਕਾਰ ਇਹਨਾਂ ਦੀ ਜੋ ਵੀ ਆ ਅੱਗੇ ਇਹਨਾਂ ਦੀ ਮਾਲੀ ਸਹਾਇਤਾ ਜੋ ਵੀ ਟਾਈਮ ਸਿਰ ਕਰੇ, ਇਹ ਆਪਣਾ ਘਰ ਦਾ ਗੁਜ਼ਾਰਾ ਚਲਾ ਸਕੇ। ਹਾਦਸੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 11:30 ਵਜੇ ਬੰਗਾਲੀ ਵਾਲਾ ਪੁਲ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਉੱਪਰ ਤਰਨ ਤਾਰਨ ਵਾਲੀ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਚੜ੍ਹ ਗਈ। ਇਸ ਦੌਰਾਨ ਨਿਸ਼ਾਨ ਸਿੰਘ ਹੌਲਦਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸਦਾ ਸਾਥੀ ਹੌਲਦਾਰ ਗੁਰਜਿੰਦਰ ਸਿੰਘ, ਜਿਸ ਦੀਆਂ ਲੱਤਾਂ ਟੁੱਟ ਗਈਆਂ ਨੇ, ਉਸਨੂੰ ਇਲਾਜ ਦੇ ਲਈ ਅੰਮ੍ਰਿਤਸਰ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਕਾਰ ਨੂੰ ਚਲਾਉਣ ਵਾਲਾ ਵੀ ਇੱਕ ਪੁਲਿਸ ਮੁਲਾਜ਼ਮ ਹੀ ਸੀ ਜੋ ਸ਼ਰਾਬ ਦੇ ਨਸ਼ੇ ਦੇ ਵਿੱਚ ਕਾਰ ਚਲਾ ਰਿਹਾ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਸਰ, ਰਾਤ ਜਿਹੜਾ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ ਔਰ ਕਿਸੇ ਵਿਅਕਤੀ ਵੱਲੋਂ ਉਹਨਾਂ ਨੂੰ ਕੁਚਲਿਆ ਗਿਆ, ਅਤੇ ਉਹ ਕੀ ਕਾਰਨ ਬਣਿਆ ਅਤੇ ਕਿਹਦੀ ਮੌਤ ਹੋਈ ਹੈ? ਇਹ ਨਾ ਨਵੇਂ ਪੁਲ 'ਤੇ ਬੰਗਾਲੀ ਵਾਲੇ 'ਤੇ ਸਾਡਾ ਹਰੀਕੇਹਟ 'ਤੇ ਨਵਾਂ ਪੁਲ ਜਿਹੜਾ ਬਣਿਆ ਵਾ, ਉੱਥੇ ਸਾਡਾ ਪੱਕਾ ਨਾਕਾ ਜੀ, ਅਤੇ ਨਿਸ਼ਾਨ ਸਿੰਘ ਅਤੇ ਗੁਰਜਿੰਦਰ ਸਿੰਘ ਨਾਕੇ 'ਤੇ ਸੀ, ਅਤੇ ਪਿਛਲੇ ਬੰਨੇ ਤਰਨ ਤਾਰਨ ਸਾਈਡ ਤੋਂ ਇੱਕ ਕਾਰ ਆਈ ਆ, ਜਿਹਨੂੰ ਗੁਰਲਾਲ ਸਿੰਘ ਉਹ ਮੁਲਾਜ਼ਮ ਨੇ ਉਹੀ ਤਰਨ ਤਾਰਨ ਦੇਖ ਕੇ ਚਲਾ ਰਿਹਾ ਸੀ, ਅਤੇ ਉਹ ਗੱਡੀ ਬਹੁਤ ਤੇਜ਼ ਸੀ, ਇਹਨੇ ਕੋਈ ਡਰਿੰਕ ਡਰੁੰਕ ਕੀਤੀ, ਉਹਨੂੰ ਨਹੀਂ ਸੰਭਲੀ ਕਿ ਅਗਲੇ ਬੰਨੇ ਕੋਈ ਚਾਨਣ 'ਤੇ ਉਹਨੂੰ ਵਜਿਆ, ਸੰਭਲੀ ਨਹੀਂ ਗਈ ਕਿ ਸਿੱਧਾ ਨਾਕੇ 'ਤੇ ਵਜਿਆ, ਜਦੋਂ ਕਿ ਨਿਸ਼ਾਨ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਆ। ਪਤੀ ਦਾ ਗੁਰਜਿੰਦਰ ਸਿੰਘ ਉਹ ਜਿਹੜੇ ਇਲਾਜ ਮੁਅੱਤਲ ਅਮਨਦੀਪ ਹੋਸਪਿਟਲ ਹੈ, ਅਤੇ ਇਹਨਾਂ 'ਤੇ ਮੁਕਦਮਾ 304 ਜੀਰਾ ਤੋਂ ਸਤੀਸ਼ ਵਿਜ ਦੀ ਰਿਪੋਰਟ, NC7 ਨਿਊਜ਼।